ਕੁਸਮ ਭੈਣੇ ਠੀਕ ਆ ਹੁਣ ਸਿਹਤ ਠੀਕ ਨਹੀਂ ਰਿਪੋਰਟਾਂ ਆ ਗਈਆਂ ਤੇਰੀਆਂ ਠੀਕ ਆਈਆਂ ਰਿਪੋਰਟਾਂ ਬਾਬੇ ਦੀ ਮਿਹਰ ਨਾਲ ਡਾਕਟਰ ਤੋਂ ਮੈਂ ਚੈੱਕ ਕੀਤੀਆਂ ਰਿਪੋਰਟਾਂ ਠੀਕ ਆਈਆਂ ਤੇਰੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਤਕੜੀ ਹੋ ਬੰਦਾ ਸਤਿ ਸ਼੍ਰੀ ਅਕਾਲ ਮਾਤਾ ਤਕੜੇ ਹੋ ਹਾਂ ਮੈਂ ਠੀਕ ਹਾਂ ਨਾ ਬਸ ਰਹੇ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਹੋਰ ਬੱਚੇ ਹੋ ਠੀਕ ਹੋ ਪੁੱਤ ਅੱਜ ਧੁੱਪ ਚ ਪੜ ਰਹੇ ਹੋ ਇਹ ਸਾਡੇ ਅਰਵਿੰਦ ਨੇ ਜੀ ਇਹ ਮੈਥ ਦੇ ਤੇ ਸਾਇੰਸ ਦੇ ਟੀਚਰ ਹਨ ਮੈਥ ਤੇ ਸਾਇੰਸ ਪੜ੍ਹਾਉਂਦੇ ਆ ਜੀ ਬੱਚਿਆਂ ਨੂੰ ਤੇ ਇੱਧਰ ਭੈਣ ਸਾਡੇ ਕਮਲਦੀਪ ਕੌਰ ਇਹ ਸਾਰੇ ਸਬਜੈਕਟ ਹੀ ਬੱਚਿਆਂ ਨੂੰ ਪੜ੍ਹਾ ਰਹੇ ਆ ਬੱਚਿਆਂ ਦੇ ਬ੍ਰਾਈਟ ਫਿਊਚਰ ਦੇ ਲਈ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਆ ਬੱਚਿਆਂ ਨੂੰ ਗ੍ਰੈਮਰ ਭੈਣੇ ਦੁਬਾਰਾ ਹੁਣ ਛੁੱਟੀਆਂ ਚ ਕੁਝ ਬੱਚਿਆਂ ਨੂੰ ਦੁਬਾਰਾ ਤੋਂ ਰਿਵੀਜ਼ਨ ਬਸ ਠੀਕ ਆ ਠੀਕ ਠੀਕ ਆ ਭੈਣ ਕਵਿਤਾ ਠੀਕ ਆ ਕਰ ਰਹੀ ਆ ਗ੍ਰੈਮਰ ਇੰਗਲਿਸ਼ ਪੜ੍ਹਦੇ ਹੁੰਦੇ ਆ ਤੂੰ ਸਾਕਸ਼ੀ ਕਰਦੀ ਆ ਨਾ ਲਓ ਜੀ ਮੋਟੋ ਨੂੰ ਵੀ ਪਤਾ ਲੱਗ ਗਿਆ ਉੱਠ ਖੜੀ ਸਾਡੀ ਮੋਟੋ ਵਾਹਿਗੁਰੂ ਜੀ ਕਾ ਖਾਲਸਾ ਬੈਠ ਜਾ ਪੜ੍ਹ ਲਓ ਪੜ੍ਹ ਲਓ ਬੇਬੇ ਹੁਣੀ ਸਾਡੀਆਂ ਮਾਰਸ਼ਾਂ ਚੱਲੀ ਜਾਂਦੀਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰਫਤਿਹ ਵੀ ਆ ਗਿਆ ਤੂੰ ਨੀ ਪੜ੍ਹਦਾ ਸੀ ਤੂੰ ਵੀ ਕਿਤਾਬਾਂ ਚੱਕ ਲਾ ਗੁਰੂ ਯਾਰ ਆਹ ਦਿਲਾ ਸੁਖਮਨੀ ਪੜ੍ਹੀ ਜਾਂਦੀ ਹੈ ਬੈਠੀ ਕਿਹੜੇ ਸੁਖਮਨੀ ਤੂੰ ਵੀ ਪੜ੍ਹਦੀ ਆ ਭਾਈ ਮੇਰੀ ਚੁੱਕਮਨੀ ਸੁਖਮਨੀ ਹਾਂ ਆ ਗੁਰਫਤਿਹ ਆ ਗਿਆ ਗੁਰਫਤਿਹ ਆ ਗਿਆ ਤੇਰੇ ਕੋਲ ਗੁਰਫਤਿਹ ਤੋਂ ਬਾਅਦ ਸਭ ਤੋਂ ਨਿੱਕੀ ਬੱਚੀ ਸਾਡੀ ਸੁਖਮਨੀ ਹੋਈ ਆ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰਵੀਨ ਬੋਵੀ ਭੈਣ ਬਾਪੂ ਮਦਨ ਲਾਲ ਤਿੰਨਾਂ ਨੂੰ ਚਾਰਾਂ ਨੂੰ ਲੈ ਕੇ ਆਏ ਖੰਨੇ ਤੋਂ ਮੈਨੂੰ ਠੀਕ ਨਹੀਂ ਸੀਗੇ ਤੇ ਸਾਡੀ ਬੇਬੇ ਬਲਵਿੰਦਰ ਕੌਰ ਆ ਸਤਿ ਸ੍ਰੀ ਅਕਾਲ ਭੈਣੇ ਨਿਸ਼ਾ ਗਰਗ ਭੈਣ ਸਾਡੀ ਨਾ ਪਟਿਆਲੇ ਤੋਂ ਮੈਂ ਲੈ ਕੇ ਆਈ ਸੀ ਭੈਣ ਬਹਿ ਜਾ ਗਰਗ ਭੈਣ ਬਹਿ ਜਾ ਤੇ ਇਸ ਤਰ੍ਹਾਂ ਸਾਰਾ ਦਿਨ ਹੁਣ ਜਿਵੇਂ ਸਰਦੀਆਂ ਵਾ ਧੁੱਪ ਚ ਬੈਠੇ ਇੱਥੇ ਵਿਜ਼ਟਰ ਜਿਹੜੇ ਭੈਣ ਭਰਾ ਮਿਲਣ ਆਉਂਦੇ ਨੇ ਵਿੱਚੇ ਹਨਾ ਉਹਨਾਂ ਨੂੰ ਮਿਲੀਦਾ ਵਾ ਨਾਲ ਉਹ ਵੀ ਸਾਰਿਆਂ ਨਾਲ ਮਿਲਦੇ ਨੇ ਹਾਂ ਸਾਡੀ ਭੈਣ ਦਾ ਵੀ ਡਰੈਸ ਨਹੀਂ ਪਤਾ ਲੱਗਿਆ ਹਜੇ ਤੱਕ ਥੋੜ੍ਹੇ ਕੁ ਦਿਨ ਪਹਿਲਾਂ ਵੀਰ ਲੈ ਕੇ ਆਏ ਸੀ ਸਾਡੇ ਕੋਲ ਬਸ ਇੱਦਾਂ ਇਕੱਲੀ ਗੱਲਾਂ ਕਰੀ ਜਾਂਦੀ ਆ ਹੱਸੀ ਜਾਂਦੀ ਰਹਿੰਦੀ ਆ ਬੈਠੀ ਹੈ ਇੱਧਰ ਸਾਡੇ ਬਾਪੂ ਹੁਣੀ ਬੈਠੇ ਨੇ ਬਜ਼ੁਰਗ ਧੁੱਪੇ ਸਾਰੇ ਕੋਈ ਅਖਬਾਰ ਪੜ੍ਹ ਰਿਹਾ ਕੋਈ ਧੁੱਪ ਸੇਕ ਰਿਹਾ ਕੋਈ ਗੱਲਾਂ ਬਾਤਾਂ ਮਾਰ ਰਿਹਾ ਕਿਵੇਂ ਬਾਈ ਕੀ ਹਾਲ ਨੇ ਠੀਕ ਆ ਗੋਬਿੰਦ ਗੜੀ ਆ ਬਹਿ ਜਾਓ ਮਾਟਰ ਸਿੰਘ ਬਹਿ ਜਾਓ ਅਖਬਾਰ ਪੜ੍ਹੋ ਹਾਂ ਛੋਲੇ ਖਾਈ ਜਾਂਦਾ ਸਵੇਰਿਓਂ ਦੁਪਹਿਰ ਦੇ ਟਾਈਮ ਨਾ ਕਾਲੇ ਛੋਲਿਆਂ ਦਾ ਸੂਪ ਬਣਾ ਕੇ ਪਿਲਾ ਦੇਈਦਾ ਤੇ ਉਦੋਂ ਬਾਅਦ ਛੋਲਿਆਂ ਨੂੰ ਏਦਾਂ ਥੋੜਾ ਤੜਕਾ ਜਿਹਾ ਲਾ ਕੇ ਇਹਦੇ ਨਾਲ ਛੋਲਿਆਂ ਨਾਲ ਤਾਕਤ ਮਿਲਦੀ ਆ ਹਨਾ ਏਦਾਂ ਧੁੱਪ ਸੇਕ ਰਹੇ ਨੇ ਸਾਡੇ ਬਾਪੂ ਨੀ ਸਾਰੇ ਪਰਿਵਾਰ ਦੇ ਮੈਂਬਰ ਵਾਹਿਗੁਰੂ ਜੀ ਕੀ ਫਤਿਹ ਪੱਟੀ ਕਰਾ ਲਈ ਰਾਜਕੁਮਾਰ ਮੇਰੇ ਪੁੱਤ ਨੇ ਠੀਕ ਆ ਜੀ ਬਾਪੂ ਜੀ ਹਜੇ ਪਹਿਲਾ ਦਿਨ ਕਰਕੇ ਸਾਰੀਆਂ ਗੱਲਾਂ ਬਾਪੂ ਜੀ ਨੂੰ ਦੱਸਣੀਆਂ ਸਮਝਾਉਣੀਆਂ ਪੈ ਰਹੀਆਂ ਵਾ ਕਿਉਂਕਿ ਉੱਥੇ ਤਾਂ ਬਾਪੂ ਜੀ ਪ੍ਰਸ਼ਾਦਾ ਛਕਦੇ ਸੀ ਜਿਵੇਂ ਡੋਲੂ ਜੀ ਪਾ ਕੇ ਕੋਈ ਦੇ ਗਿਆ ਜਿਵੇਂ ਉਵੇਂ ਛਕ ਲਿਆ ਕਿੱਥੇ ਹੁਣ ਥਾਲੀ 'ਚ ਪਾਇਆ ਬਾਪੂ ਨੂੰ ਦਿਖਦਾ ਨਹੀਂ ਨਾ ਜਿਵੇਂ ਚਾਵਲ ਕਿੱਥੇ ਆ ਦਾਲ ਕਿੱਥੇ ਆ ਫੁਲਕਾ ਕਿੱਥੇ ਆ ਦੰਦ ਵੀ ਹੈ ਨਹੀਂ ਅਤੇ ਅੱਖਾਂ ਵੀ ਬਾਪੂ ਦੀਆਂ ਹੈ ਨਹੀਂ ਦੇਖੋ 35 ਸਾਲ ਹੋ ਗਏ ਬਾਪੂ ਅੱਖਾਂ ਤੋਂ ਉਹਨਾਂ ਸੀ ਸਰਦਾਰ ਨਿਰਮਲ ਸਿੰਘ ਗਰੇਵਾਲ ਇੱਕ ਟਾਈਮ 'ਚ ਸਬ ਇੰਸਪੈਕਟਰ ਭਰਤੀ ਹੋਇਆ ਸੀ ਬਾਪੂ ਸਿੱਧਾ ਪਰ ਵਕਤ ਨੇ ਕੁਛ ਇੱਦਾਂ ਦੇ ਹਾਲਾਤ ਪੈਦਾ ਕਰਤੇ ਨੌਕਰੀ ਛੱਡ ਕੇ ਬਾਪੂ ਬਾਹਰ ਚਲਿਆ ਗਿਆ ਅਤੇ ਬਾਹਰ ਜਾ ਕੇ ਆਇਆ ਬਾਪੂ ਇੱਥੇ ਆ ਕੇ ਮੱਝਾਂ ਦਾ ਵਪਾਰ ਕਰਨ ਲੱਗ ਗਿਆ ਅਤੇ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਸੀ ਬਾਪੂ ਦਾ ਅੱਖਾਂ ਤੋਂ ਅੰਨਾ ਹੋ ਗਿਆ ਸੀਗਾ ਮੱਥਾ ਹੀ ਸਾਰਾ ਬਾਪੂ ਦਾ ਐਕਸੀਡੈਂਟ ਨਾਲ
दो बेटे सी भी चढ़ाई कर गए, वाइफ सी भी चलेगी दुनिया तो, कल्ला ही सी हुण बापू गोविंदगढ़ पिंड सन्नेवाल को उत्थों लैके आए सी कल बापू जी। अज पहला दिन ही है बापू जी साडे नाल। इस तरह साढ़े सुपनिया के घर विच नमस्कार सर, नमस्कार। सुपनिया वर्गा जीवन है जिहड़ा असीं सारे बतीत करदे आ सारे जाने। इधर भी सारे बापू ही बापू वीरे ही वीरे बैठे ने, साडियां सारियां मावां भैणां बापू बजुर्ग जिहड़े व्हीलचेयरां ते ने, जिहड़े बैठ नहीं सकते मंजियां ते ने बिट्टां ते ने, उन्हां नूं चक के बाहर मंजियां ते पा दिंदे आ। सुपनिया के घर का गेट ये साडा बापू बैठा मामा। हस्पताल जाना, हस्पताल जाना अज? अच्छा उदा ही बैठे हो, ठीक है, वधिया गल है, बैठा कर। सत श्री अकाल जी। इधर कपड़िया की शांति करनी, कपड़िया की शांति लगे नहीं अज करने। सर्दियों वाले कपड़े है ना, जिवें बॉडी वार्मर लाने सारिया नूं, ते इधर बाथरूम च हुण जिवें बजुर्गां नूं सारिया नूं सवेरे वीरां नूं नहा के हटे आ। गुरप्रीत कपड़िया की शांति करन लगे नहीं हजे। सत श्री अकाल जी। साफ सफाई हो रही है हुण, इन्ने बंदियां दा स्नान कराउणा, इन्ने बंदियां दा करीब 35-40 बंदे साडे ओह ने जिहड़े 100% डिसेबल ने बिड्डां ते, है ना। करीब 100 बंदे दे डायपर लगदा वा, ਇਹ ਸਾਰਾ ਕਾਰਜ ਸਵੇਰ ਤੋਂ ਲੈ ਕੇ ਜਦ ਤੱਕ ਸੌਣਾ ਨਹੀਂ ਬਾਪੂ ਬਜ਼ੁਰਗ ਵੀਰਾਂ ਬੱਚਿਆਂ ਨੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ, ਅਤੇ ਸਵੇਰੇ ਉੱਠ ਕੇ ਕੱਲ੍ਹ ਨੂੰ ਦੁਬਾਰਾ ਫਿਰ ਤੋਂ ਇਸੇ ਤਰ੍ਹਾਂ ਹੀ ਸੁਪਨਿਆਂ ਦਾ ਘਰ ਆ ਜਿਹੜਾ। ਹਾਂਜੀ ਠੀਕ ਆ ਪੁੱਤ, ਠੀਕ ਆ। ਕੱਲ੍ਹ ਨੂੰ ਦਿਨ ਹੈਗਾ, ਅੱਜ ਕੀ ਦਿਨ ਆ? ਸੈਟਰਡੇ। ਕੱਲ੍ਹ ਨੂੰ ਵੀਰਵਾਰ ਆ। ਦੇਖੋ ਜੀ, ਇਹ ਵੀਰ ਆ ਸ਼ਰਮਾ ਜੀ, ਸਾਡੇ ਦੁਰਲਭ ਸ਼ਰਮਾ ਤੇ ਅਵਿਰਾਲ ਸ਼ਰਮਾ, ਦੋਨਾਂ ਨੂੰ ਬਠਿੰਡੇ ਤੋਂ ਲੈ ਕੇ ਆਏ ਸੀ ਅਸੀਂ, ਤੇ ਅੱਜ ਵੀ ਇਹਨੂੰ ਵਿਚਾਰ ਆ ਰਹੇ ਇੱਦਾਂ ਦੇ। ਕੱਲ੍ਹ ਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਨ 28 ਦਸੰਬਰ ਨੂੰ, ਪਤਾ ਨਹੀਂ ਕਿੱਥੋਂ ਇਹਦੇ ਮਨ 'ਚ ਖਿਆਲ ਪੈਦਾ ਹੋਇਆ। ਬਸ ਅਰਦਾਸ ਕਰਿਓ ਜੀ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਪਰਿਵਾਰ ਇੱਥੇ ਸੁਪਨਿਆਂ ਦੇ ਘਰ ਵਿੱਚ ਇਸੇ ਤਰ੍ਹਾਂ ਹੀ ਇੱਕ ਸੁਪਨਿਆਂ ਵਰਗਾ ਜਿਹੜਾ ਜੀਵਨ ਆ ਉਹ ਬਤੀਤ ਕਰਦਾ ਰਹੇ, ਚੜ੍ਹਦੀ ਕਲਾ 'ਚ ਤੰਦਰੁਸਤੀ ਰਹਿਣ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਵਿੱਚ। ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ। ਵਾਹਿਗੁਰੂ ਜੀ ਕਾ ਖਾਲਸਾ,